ਸਾਨੂੰ ਕੀ ਦੇਤਾ ਆ ਮਥੂਟ ਵਾਲਿਆਂ ਦੇ ਬਾਹਰ ਦੇ ਮੂਹਰੇ ਦੇਖ ਲਓ ਲੈਣਾ ਲੱਗੀਆਂ ਹੋਈਆਂ ਨੇ ਵੀ ਜਵਾਕਾਂ ਦੀਆਂ ਫੀਸਾਂ ਭਰਦੀਆਂ ਮਥੂਟ ਵਾਲਿਆਂ ਦੇ ਜਿਹੜਾ ਤੋਲਾ ਸੋਨਾ ਉਹ ਰੱਖ ਕੇ ਅਸੀਂ ਲੋਨ ਲੈ ਲਈਏ ਸਾਨੂੰ ਕੀ ਦਿੱਤਾ ਮਥੂਟ ਫਾਈਨੈਂਸ ICIC ਪ੍ਰਾਈਵੇਟ ਬੈਂਕ 'ਚ ਸੋਨਾ ਰੱਖ ਦਿਓ HDFC 'ਚ ਸੋਨਾ ਰੱਖ ਦਿਓ ਜਿਹੜੇ ਆਮ ਜਿਨ੍ਹਾਂ ਤੋਂ ਵਿਆਜ ਤੇ ਪੈਸੇ ਲੈਂਦੇ ਆ ਉਹਨਾਂ ਕੋਲੇ ਸੋਨਾ ਰੱਖ ਦਿਓ ਸਾਡੇ ਘਰਾਂ 'ਚ ਸਾਡੀਆਂ ਬੀਬੀਆਂ ਭੈਣਾਂ ਕੋਲੇ ਇੱਕ ਤੋਲਾ ਸੋਨਾ ਨਹੀਂ ਰਿਹਾ ਸਭ ਖਾ ਗਈਆਂ ਇਹ ਸਰਕਾਰਾਂ ਸੋ ਅੱਜ ਜਿਹੜਾ ਸਾਡੇ ਲੋਕਾਂ ਦੇ ਉੱਤੇ ਵਕਤ ਪਿਆ ਹੋਇਆ ਹੈ ਸਕੂਲਾਂ ਦੀਆਂ ਫੀਸਾਂ ਭਰਨ ਦਾ ਇਹਨਾਂ ਨੇ ਉੱਥੋਂ ਫਰਮਾਨ ਜਾਰੀ ਕਰਤਾ ਕਿ ਹਾਈ ਕੋਰਟ ਤੋਂ ਉੱਪਰ ਹੋ ਗਿਆ ਇਹ ਲੋਟੂ ਟੋਲਾ ਕਿ ਕਾਨੂੰਨ ਦਾ ਜ਼ਿੰਮੇਦਾਰ ਨਹੀਂ ਹੈਗਾ ਉਹਨਾਂ ਨੂੰ ਅਸੀਂ ਤੁਹਾਡੇ ਸਾਰਿਆਂ ਦੇ ਕਚਹਿਰੀ ਵਿੱਚ ਇਹ ਬੇਨਤੀ ਲੈ ਕੇ ਆਏ ਹਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਦਿੱਲੀ ਦੇ ਵਿੱਚ ਸਹੂਲਤਾਂ ਦਿੱਤੀਆਂ ਨੇ ਜਾਂ ਤਾਂ ਇਹ ਕੁਰਸੀ ਛੱਡਣ ਇਹਨਾਂ ਨੂੰ ਅਸੀਂ ਕਰਕੇ ਦਿਖਾਉਂਦੇ ਹਾਂ ਸਾਡੇ ਲੀਡਰ ਕਰਕੇ ਦਿਖਾਉਂਦੇ ਨੇ ਭਗਵੰਤ ਮਾਨ ਜੀ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਜਾ ਕੇ ਕੁੰਡੀ ਖੜਕਾ ਦਿਓ ਇਹਨਾਂ ਦੀ ਜੇ ਤਾਂ ਮੰਨਦੇ ਨੇ ਸਿਖਾਲੇ ਜੇ ਤਾਂ ਠੀਕ ਆ ਨਹੀਂ ਫਿਰ ਅਸੀਂ ਇਹਨਾਂ ਦੇ ਬੂਹੇ ਘੇਰਾਂਗੇ ਜਾ ਕੇ ਘਰ ਘੇਰਾਂਗੇ ਸਾਥੀਓ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵੀ ਇਹ ਉਲੀਕਿਆ ਗਿਆ ਸੰਘਰਸ਼ ਆ ਆਮ ਲੋਕਾਂ ਦਾ ਸੰਘਰਸ਼ ਆ ਸਾਰੇ ਜਿੰਨੇ ਵੀ ਇੱਥੇ ਮਾਪੇ ਇਕੱਠੇ ਹੋਏ ਹੋਏ ਨੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਮੁੱਠੀ ਇਕਜੁੱਟ ਹੋ ਕੇ ਆਪਾਂ ਇਹਨਾਂ ਦੀਆਂ ਚੂਲਾ ਹਲਾਈਏ ਜਿਹੜੀਆਂ ਫੀਸਾਂ ਭਰਨ ਨੂੰ ਇਹਨਾਂ ਨੇ ਕਿਹਾ ਸੀ ਨਹੀਂ ਭਰਦੀਆਂ ਸਾਡੇ ਆ ਕੇ ਇਹ ਮੀਟਿੰਗਾਂ ਕਰਨ ਸਾਡੇ ਨਾਲ ਸਕੂਲਾਂ 'ਚ ਜਾਣ ਸਾਨੂੰ ਪੁੱਛਣ ਵੀ ਕੀ ਜਦੋਂ ਆਟੋ ਵਾਲੇ ਦੇ ਪੈਸੇ ਦੇਣੇ ਹੁੰਦੇ ਨੇ ਜਦੋਂ ਬੱਸ ਵਾਲਾ ਬਾਹਰ ਦੇ ਮੂਹਰੇ ਖੜਿਆ ਹੁੰਦਾ ਹੈ ਜਦੋਂ ਪ੍ਰਾਈਵੇਟ ਸਕੂਲਾਂ ਦੀਆਂ ਜਿਹੜੀਆਂ ਐਡਰੈਸਾਂ ਨੇ ਐਡਰੈਸਾਂ ਲੈਂਦੇ ਆ ਜਿੱਥੋਂ ਉਹਨਾਂ ਨੇ ਇਹਨਾਂ ਨੇ ਕਮਿਸ਼ਨ ਸੈੱਟ ਕਰੀ ਹੋਈ ਆ ਜਦੋਂ ਉੱਥੋਂ ਐਡਰੈਸਾਂ ਲੈਣੀਆਂ ਹੁੰਦੀਆਂ ਨੇ ਤਾਂ ਸਾਡੇ ਦਿਲਾਂ ਤੇ ਸਾਡੇ ਦਿਮਾਗ ਤੇ ਕੀ ਗੁਜ਼ਰ ਵਸਰ ਹੁੰਦੀ ਆ ਕੀ ਗੁਜ਼ਰਦਾ ਹੈ ਬੱਚੇ ਸਾਨੂੰ ਕਹਿੰਦੇ ਨੇ ਡੈਡੀ ਟਾਈ ਨਹੀਂ ਹੈਗੀ ਸਾਡੀ ਜੇਬ 'ਚ ਪੈਸਾ ਨਹੀਂ ਹੁੰਦਾ ਕੋਈ ਨਾ ਪੁੱਤ ਕੱਲ੍ਹ ਨੂੰ ਲੈ ਦਾਂਗੇ ਡੈਡੀ ਸਾਡੇ ਕੋਲੇ ਕਮੀਜ਼ ਨਹੀਂ ਹੈਗੀ ਬੂਟ ਨਹੀਂ ਹੈਗੇ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਕੋਈ ਨਾ ਪੁੱਤ ਕੱਲ੍ਹ ਨੂੰ ਲੈ ਦਾਂਗੇ ਕਿਉਂਕਿ ਪੂੰਜੀ ਨਹੀਂ ਹੁੰਦੀ ਸੋ ਕਰੋਨਾ ਦੀ ਭਿਆਨਕ ਬਿਮਾਰੀ ਵਿੱਚ ਇਹਨਾਂ ਨੇ ਜਿਹੜਾ ਸਾਡੇ 'ਤੇ ਫਰਮਾਨ ਠੋਕਿਆ ਹੈ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਾਂਗੇ ਸਾਡੀ ਲੀਡਰਸ਼ਿਪ ਬੈਠੀ ਆ ਅਸੀਂ ਤੁਹਾਡੇ ਸਾਰਿਆਂ ਦੀ ਕਚਹਿਰੀ ਵਿੱਚ ਬੇਨਤੀ ਕਰਦੇ ਹਾਂ ਨਹੀਂ ਅਸੀਂ ਇਹਨਾਂ ਦੀਆਂ ਚੂਲਾ ਹਲਾਵਾਂਗੇ ਨਹੀਂ ਤਾਂ ਇਹ ਫੀਸਾਂ ਜਿਹੜੀਆਂ ਨੇ ਇਹ ਵਾਪਸ ਲੈਣ ਅਸੀਂ ਨਹੀਂ ਭਰਾਂਗੇ ਅਸੀਂ ਤੁਹਾਡੇ ਨਾਲ ਕੋਈ ਨਾ ਭਰੇ।